ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਹੈ ਐਨੀਬਾਡੀ ਕੈਨ ਲਰਨ ਜੀਕੇ ਦੇ YouTube ਚੈਨਲ ਦੇ ਵਿੱਚ ਅੱਜ ਆਪਾਂ ਇਸ ਦੇ ਵਿੱਚ ਫੋਰਥ ਪਾਰਟ ਦੇਖਾਂਗੇ ਆਪਣੀ ਨਾਇਬ ਤਹਿਸੀਲਦਾਰ ਤੇ ਪੀਪੀਐਸਸੀ ਦੀ ਜੋ ਸੀਰੀਜ਼ ਹੈਗੀ ਹੈ ਤੇ ਮੋਸਟ ਐਕਸਪੈਕਟਿਡ ਕੁਐਸਚਨ ਨੇ ਜਿਹੜੇ ਆਪਾਂ ਕਰਾਂਗੇ ਤਾਂ ਚਲੋ ਸਟਾਰਟ ਕਰਦੇ ਆਪਾਂ ਕਿਸੇ ਦੇਰੀ ਦੇ ਤੇ ਮੈਂ ਦੁਬਾਰਾ ਕਹਿਣਾ ਚਾਹਾਂਗਾ ਕਿ ਇਹ ਪੰਜਾਬ ਦੇ ਸਾਰੇ ਐਗਜ਼ਾਮਸ ਦੇ ਵੀ ਤੁਹਾਨੂੰ ਹੈਲਪ ਕਰੇਗੀ ਤਾਂ ਆਪਾਂ ਪਹਿਲਾ ਕੁਐਸਚਨ ਦੇਖਦੇ ਆਂ ਅੱਜ ਦਾ ਕਿਉਂਕਿ ਇਹ ਤਾਂ ਪਹਿਲਾਂ ਵੀ ਤਿੰਨ ਪਾਰਟ ਅਪਲੋਡ ਹੋ ਚੁੱਕੇ ਨੇ ਤਾਂ ਪਹਿਲਾਂ 1 2 3 ਦੇਖਿਓ ਜੀ ਫਿਰ ਇਹ ਚੌਥੇ ਪਾਰਟ ਤੇ ਆ ਤੇ ਮੇਰੇ ਨਾਲ ਦੇ ਲਿੰਕ ਜਿਹੜੇ ਅਗਰ ਨਹੀਂ ਦੇਖੇ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਵਾਂਗਾ ਅਦਰਵਾਈਜ਼ ਇੱਥੇ ਇੱਕ ਆਈ ਬਟਨ ਆਏਗਾ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋ ਪਹਿਲਾਂ ਫਿਰ ਅਸ ਦਾ ਸਟਾਰਟ ਕਰਿਓ ਅਸ ਦਾ ਪਹਿਲਾ ਕੁਸ਼ਣ ਹੈਗਾ ਕਿ ਕਿਹੜੇ ਗਵਰਨਰ ਜਨਰਲ ਨੇ ਜਿਹੜੀ ਆਪਣੀ ਗੁਲਾਮੀ ਦੀ ਪ੍ਰਥਾ ਸੀਗੀ ਉਹਨੂੰ ਖਤਮ ਕੀਤਾ ਸੀਗਾ ਕਿਉਂਕਿ ਉਸ ਟਾਈਮ ਤੇ ਪਹਿਲਾਂ ਕੀ ਹੁੰਦਾ ਸੀਗਾ ਸਲੇਵ ਰੱਖੇ ਜਾਂਦੇ ਸੀਗੇ ਤੇ ਆ ਪ੍ਰਥਾ ਜਿਹੜੀ ਖਤਮ ਕੀਤੀ ਸੀਗੀ ਆ ਕੀਤੀ ਸੀ ਲੋਰਡ ਐਰਨਬੋਰਨ ਤੇ ਜਿਹੜਾ ਲੋਰਡ ਐਰਨਬੋਰ ਹੈ ਵੀ ਆਪਾਂ ਇਹਦਾ ਨਾਂ ਫ੍ਰੀਕੈਂਟਲੀ ਨਹੀਂ ਸੁਣਦੇ ਹੈਗੇ ਆਪਾਂ ਮੋਸਟਲੀ ਡਲਹੌਜੀ ਦਾ ਨਾਮ ਸੁਣ ਲਾਂਗੇ ਕੈਨਿੰਗ ਦਾ ਨਾਮ ਸੁਣ ਲਾਂਗੇ ਜਾਂ ਇਰਵਿੰਦ ਦਾ ਨਾਮ ਜਾਂ ਕੁਝ ਹੋਰ ਵੀ ਨਾਮ ਸੁਣ ਸਕਦੇ ਹਾਂ ਬਟ ਇਨਾ ਜਨਾਬ ਦਾ ਨਾਮ ਆਪਾਂ ਨਾ ਸਿਰਫ ਐਲਨ ਬੋਰੋ ਦਾ ਨਾਮ ਆਪਾਂ ਸਿਰਫ ਸਿਲੇਵਰੀ ਨਾਲ ਪੜਾਂਗੇ ਤੇ ਕੁਐਸਚਨ ਇਗਜ਼ਾਮ ਲਈ ਬਹੁਤ ਇੰਪੋਰਟੈਂਟ ਹੈਗਾ ਧਿਆਨ ਰੱਖਿਓ ਤਾਂ ਅਨਸਰ ਹੋ ਗਿਆ ਦਾ অপਸ਼ਨ ਨੰਬਰ ਡੀ ਤੇ ਨੈਕਸਟ ਕੁਐਸਚਨ ਜਾਣ ਤੋਂ ਪਹਿਲਾਂ ਅੱਜ ਮੈਂ ਸਵੇਰੇ ਹੀ ਇੰਡੀਅਨ ਪੋਲੀਟੀ ਦਾ ਪਾਰਟ 14 ਜਿਹੜਾ ਹੈ ਅਪਲੋਡ ਕਰ ਦਿੱਤਾ ਹੈਗਾ ਜਿਦੇ ਵਿੱਚ ਮੈਂ ਪਾਰਲੀਮੈਂਟਰੀ ਕਮੇਟੀ ਬਾਰੇ ਰਾਈਟ ਟੂ ਇਨਫੋਰਮੇਸ਼ਨ ਮਤਲਬ ਕਿ ਆਰਟੀਆਈ ਤੈਨੂੰ ਤੁਸੀਂ ਜਾ ਕੇ ਪਹਿਲਾਂ ਜ਼ਰੂਰ ਦੇਖ ਲੈਣਾ ਤੁਹਾਨੂੰ ਪੋਲਿਟੀ ਲਈ ਕਾਫੀ ਜ਼ਿਆਦਾ ਬੈਨੀਫਿਟ ਰਹੂਗਾ ਇੱਥੇ ਇੱਕ ਆਈ ਬਟਨ ਆਊਗਾ ਇਹ ਜਾ ਕੇ ਜ਼ਰੂਰ ਦੇਖਿਓ ਉਹ ਤੋਂ ਬਾਅਦ ਨੈਕਸਟ ਕੁਐਸਚਨ ਹੈਗਾ ਕਿ ਇੰਡੀਆ ਦੀ ਬ੍ਰਿਟਿਸ਼ ਪੀਰੀਅਡ ਦੇ ਵਿੱਚ ਪਹਿਲੀ ਸੈਂਸਸ ਯਾਨੀ ਕਿ ਪਹਿਲੀ ਜਨਗਣਨਾ ਕਦੋਂ ਹੋਈ ਸੀਗੀ ਤਾਂ ਕਿਹੜੇ ਵਾਇਸਰਾਏ ਦੇ ਦੌਰਾਨ ਹੋਈ ਸੀਗੀ ਤੇ ਕਦੋਂ ਹੋਈ ਸੀਗੀ ਇਹ ਦੋਨੋਂ ਹੀ ਕੁਐਸਚਨ ਪੁੱਛੇ ਜਾਂਦੇ ਹੈਗੇ ਤਾਂ ਜਿਹੜੀ ਆ ਹੋਈ ਸੀਗੀ ਬਈ ਲord ਮਾਇਓ ਦੇ ਟਾਈਮ ਦੇ ਵਿੱਚ ਤੇ ਹੋਈ ਕਦੋਂ ਸੀਗੀ ਆ ਹੋਈ ਸੀਗੀ 1872 ਦੇ ਵਿੱਚ ਹਾਲਾਂਕਿ ਜਿਹੜੀ ਫਸਟ ਸੀਗੀ ਉਹ ਕੰਪਲੀਟ ਨਹੀਂ ਹੋ ਪਾਈ ਸੀਗੀ ਤੇ ਦੂਜੀ ਗੱਲ ਆ ਵੀ ਉਹਨਾਂ ਨੂੰ ਇੰਡੀਆ ਦੇ ਵਿੱਚ ਕੋਈ ਇੰਟਰਸਟ ਨਹੀਂ ਸੀਗਾ ਕਿ ਵੀ ਇੰਡੀਆ ਦੀ ਜਨਗਣਨਾ ਕਿੰਨੀ ਆ ਐਕਚੁਅਲੀ ਉਹ ਦੇਖਣਾ ਚਾਹੁੰਦੇ ਸੀਗੀ ਵੀ ਕਿੰਨੇ ਬੰਦੇ ਹੈਗੇ ਇਹਨਾਂ ਕੋਲ ਤੇ ਆਪਾਂ ਕਿੰਨੇ ਕਿਸ ਵਰਗ ਤੋਂ ਆਪਾਂ ਕੰਮ ਲੈਣਾ ਹੈਗਾ ਤੇ ਉਸ ਤੋਂ ਬਾਅਦ ਫਿਰ 9 ਸਾਲ ਬਾਅਦ 1881 ਦੇ ਵਿੱਚ ਜਿਹੜੀ ਸੀਗੀ ਉਹ ਨੋਰਮਲ ਜਿਹੜੀ ਰੈਗੂਲਰ ਜਨਗਣਨਾ ਸੈਂਸਸ ਹੈ ਉਹ ਸ਼ੁਰੂ ਹੋ ਗਈ ਸੀਗੀ ਸੋ ਇਹੋ ਤੋਂ ਬਾਅਦ ਕੀ ਹੋਇਆ ਸੀਗਾ 10 ਸਾਲ 10 ਸਾਲ ਐਡ ਕਰਦੇ ਰਹਾ ਮੈਂ ਕਿ ਤੁਸੀਂ ਨੂੰ ਵੀ ਦੇਖਿਆ ਹੋਣਾ ਕਿ ਆਪਣੀ ਪਹਿਲੀ ਜਨਗਣਨਾ 2011 ਦੇ ਵਿੱਚ ਹੋਈ ਸੀਗੀ ਪਹਿਲੀ ਤਾਂ ਨਹੀਂ ਕਹਿ ਸਕਦਾ ਮੈਂ ਕੁਝ ਟਾਈਮ ਪਹਿਲਾਂ ਉਸ ਤੋਂ ਬਾਅਦ ਫਿਰ 11 ਦੇ ਵਿੱਚ ਹੋਈ ਇੱਕ ਤੋਂ ਬਾਅਦ ਹੁਣ ਆਪਣੀ 21 ਦੇ ਵਿੱਚ ਹੋਣੀ ਹੈ ਮੇਬੀ ਕੋਵਿਡ ਕਰਕੇ ਡਿਲੇ ਕਰ ਦੇਣ ਬਾਅਦਿਆ 23 ਦੇ ਵਿੱਚ ਹੁਣ ਬਟ ਉਸ ਤੋਂ ਬਾਅਦ 10 ਸਾਲ ਦਾ ਸਿਲਸਿਲਾ ਜਿਹੜਾ ਸ਼ੁਰੂ ਹੋ ਗਿਆ ਸੀਗਾ ਤੇ ਜੇ ਮੈਂ ਗੱਲ ਕਰਾਂ ਵਰਲਡ ਦੇ ਵਿੱਚ ਫਸਟ ਟਾਈਮ ਕਿੱਥੇ ਹੋਈ ਸੀਗੀ ਸੈਂਸਸ ਤਾਂ ਹੋਈ ਸੀਗੀ ਸਵੀਡਨ ਦੇ ਵਿੱਚ 1749 ਦੇ ਵਿੱਚ ਨੈਕਸਟ ਕੁਐਸਚਨ ਹੈ ਕਿ ਪਾਇਰੋਮੀਟਰ ਦਾ ਯੂਜ਼ ਆਪਾਂ ਕਿੱਥੇ ਕਰਦੇ ਆਂ ਕਿਸ ਚੀਜ਼ ਨੂੰ ਮਾਪਣ ਲਈ ਕਰਦੇ ਆਂ 에ਅਰ ਪ੍ਰੈਸ਼ਰ ਨੂੰ ਹਿਊਮਿਡਿਟੀ ਨੂੰ ਹਾਈ ਟੈਂਪਰੇਚਰ ਨੂੰ ਜਾਂ ਡੈਂਸਿਟੀ ਨੂੰ ਤਾਂ ਇਹਦਾ ਆਪਾਂ ਯੂਜ਼ ਕਰਦੇ ਆਂ ਗਿਆ ਹਾਈ ਟੈਂਪਰੇਚਰ ਨਾਪਣ ਲਈ ਹਾਲਾਂਕਿ ਆਪਾਂ ਜੇ ਸਿੰਪਲ ਜਿਹੜਾ ਟੈਂਪਰੇਚਰ ਹੈ ਬੋਡੀ ਟੈਂਪਰੇਚਰ ਹੈ ਉਹ ਥਰਮੋਮੀਟਰ ਨਾਲ ਨਾਪਦੇ ਆਂ ਲੇਕਿਨ ਜੇ ਆਪਾਂ ਨੂੰ ਹਾਈ ਟੈਂਪਰੇਚਰ ਮੰਨ ਲਓ ਆਪਾਂ ਜੇ ਗੱਲ ਕਰੀਏ ਸੂਰਜ ਦੀ ਸੂਰਜ ਦਾ ਟੈਂਪਰੇਚਰ ਵੀ ਨਾਪਣਾ ਹੋਵੇ ਨਾ ਤਾਂ ਉਹ ਆਪਾਂ ਪਾਇਰੋਮੀਟਰ ਦੀ ਹੈਲਪ ਨਾਲ ਨਾਪ ਸਕਦੇ ਆਂ ਤਾਂ ਇਹਦਾ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਸੀ ਹਾਈ ਟੈਂਪਰੇਚਰ ਤੇ ਅਗਲੇ ਕੁਐਸਚਨ ਤੇ ਜਾਣ ਤੋਂ ਪਹਿਲਾਂ ਵੀ ਜੇਕਰ ਤੁਸੀਂ ਹੱਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਰੈੱਡ ਬਟਨ ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰੋ ਭਾਈ ਤੇ ਮੈਂ ਕੱਲ ਤੁਹਾਨੂੰ ਕੁਝ ਬੱਚਿਆਂ ਨੂੰ ਕੁਐਸਚਨ ਪੁੱਛਿਆ ਸੀਗਾ ਕਿ ਆਰਟੀਕਲ 23 123 ਜਿਹੜਾ ਹੈ ਉਹ ਕਿਸ ਦੇ ਵਿੱਚ ਲਿਖਿਆ ਗਿਆ ਹੈ ਤੇ ਕਿਸ ਹੈਲਪ ਕਰਦਾ ਹੈ ਕੀ ਦੱਸ ਕੇ ਆਂਦਾ ਹੈਗਾ 123 ਤਾਂ ਕਿਸੇ ਵੀ ਬੱਚੇ ਨੇ ਇਹਦਾ ਵੀ ਆਨਸਰ ਨਹੀਂ ਦਿੱਤਾ ਹੈਗਾ ਤਾਂ ਮੈਨੂੰ ਬਹੁਤ ਬੁਰਾ ਲੱਗਿਆ ਕਿ ਭਾਈ ਮੈਂ ਰਿਸਪੌਂਸ ਮੰਗ ਰਿਹਾ ਬੱਚਿਆਂ ਤੋਂ ਤੇ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਵੀ ਕਮੈਂਟ ਨਹੀਂ ਆਇਆ ਸੀਗਾ ਤਾਂ ਮੈਨੂੰ ਰਿਸਪੌਂਸ ਆਇਦਾ ਹੈਗਾ ਵੀ ਤਾਂ ਕਿ ਮੈਨੂੰ ਵੀ ਪੋਜ਼ਿਟਿਵ એનર્ਜੀ ਮਿਲੇ ਤੇ ਮੈਂ ਸੀਰੀਜ਼ ਆ ਕੰਟੀਨਿਊ ਕਰਾਂ अदरवाइज ਫਿਰ ਉਹੀ ਗੱਲ ਹੈ ਮੈਂ ਸੀਰੀਜ਼ ਕੰਟੀਨਿਊ ਨਹੀਂ ਕਰ ਪਾਵਾਂਗਾ ਤਾਂ ਆਪਣਾ ਰਿਸਪੌਂਸ ਦਿਆ ਕਰੋ ਤੇ ਪੀਡੀਐਫ ਤੁਹਾਨੂੰ ਜਿਹੜੀ ਹੈਗੀ ਆ ਉਹ ਮਿਲ ਜਾਣੀ ਹੈ ਟੈਲੀਗ੍ਰਾਮ ਤੇ ਤੁਸੀਂ ਟੈਲੀਗ੍ਰਾਮ ਨੂੰ ਫੋਲੋ ਕਰ ਲਿਓ ਜਾ ਕੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਪਾ ਦੇਵਾਂਗਾ ਤੇ ਆ WhatsApp ਸਪੋਰਟ ਹੈਗਾ ਤੁਸੀਂ ਇਹਦੇ ਵੀ ਕੋਈ ਵੀ ਕੁਐਰੀ ਆਪਣੀ ਪੁੱਛ ਸਕਦੇ ਹੋ ਹੁਣ ਹੈ ਕੀ ਆਪਾਂ ਐਟਮੋਸਫੇਰਿਕ ਪ੍ਰੈਸ਼ਰ ਨੂੰ ਕਿੱਦਾਂ ਨਾਪ ਸਕਦੇ ਆ ਤਾਂ ਐਟਮੋਸਫੇਰਿਕ ਨੂੰ ਆਪਾਂ ਨਾਪਣ ਲਈ ਕਰਾਂਗੇ ਯੂਜ਼ অপਸ਼ਨ ਨੰਬਰ ਬੀ ਬੈਰੋਮੀਟਰ ਤੇ ਆ ਜਿਹੜਾ ਹੈਗਾ ਮੈਟਰੋਲੋਜੀਕਲ ਡਿਪਾਰਟਮੈਂਟ ਜਿਹੜੇ ਮੌਸਮ ਭਾਗ ਹੁੰਦੇ ਨੇ ਆਹੀ ਇਹਨੂੰ ਯੂਜ਼ ਕਰਦੇ ਨੇ ਤੇ ਜੇਕਰ ਬੈਰੋਮੀਟਰ ਦੇ ਵਿੱਚ ਨਾ ਮਰਕਰੀ ਹੁੰਦੀ ਹੈਗੀ ਆ ਜਿਵੇਂ ਤੁਹਾਨੂੰ ਦਿਖਾਵਾਂ ਆ ਚੀਜ਼ ਹੋ ਗਈ ਜੇਕਰ ਅਚਾਨਕ ਹੀ ਨਾ ਇਹ ਮਰਕਰੀ ਦਾ ਲੈਵਲ ਡਿੱਗ ਜਾਵੇ ਨਾ ਤਾਂ ਸਮਝ ਲੈਣਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਕਿ ਫਿਊਚਰ ਦੇ ਵਿੱਚ ਜਲਦੀ ਹੀ ਥੰਡਰਸਟ੍ਰੋਮ ਯਾਨੀ ਕਿ ਤੂਫਾਨ ਆਉਣ ਵਾਲਾ ਹੈਗਾ ਤੇ ਮੋਸਟ ਪ੍ਰੋਬੇਬਲੀ ਇਹਦੇ ਵਿੱਚ ਮਰਕਰੀ ਹੀ ਯੂਜ਼ ਕੀਤੀ ਜਾਂਦੀ ਹੈਗੀ ਇਮੇਜ ਬੈਰੋਮੀਟਰ ਤੁਹਾਡੇ ਸਾਹਮਣੇ ਆ ਆਪਣਾ ਆਨਸਰ ਹੋ ਗਿਆ অপਸ਼ਨ ਨੰਬਰ ਬੀ ਨੈਕਸਟ ਆ ਗਾ ਕਿਹੜਾ ਇਕਵਿਪਮੈਂਟ ਹੈ ਜਿਹੜਾ ਬਲੱਡ ਪ੍ਰੈਸ਼ਰ ਯੂਜ਼ ਕੀਤਾ ਜਾਂਦਾ ਤੁਹਾਨੂੰ ਪਤਾ ਹੀ ਕਿ ਤੁਹਾਡੇ ਘਰੇ ਵੀ ਸ਼ਾਇਦ ਆ ਮਸ਼ੀਨ ਪਈ ਹੋਵੇ ਬਲੱਡ ਪ੍ਰੈਸ਼ਰ ਤੇ ਕਾਫੀ ਸਿੰਪਲ ਕੁਐਸਚਨ ਹੈ ਤੇ ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਹੈਗਾ ਪਹਿਲਾਂ ਜਿਹੜੀ ਸੀਗੀ ਇਸ ਤਰ੍ਹਾਂ ਦੀ ਮਸ਼ੀਨ ਯੂਜ਼ ਹੁੰਦੀ ਸੀਗੀ ਅੱਜ ਕੱਲ ਇੰਡੀਆ ਡਿਜੀਟਲ ਹੋ ਗਿਆ ਤਾਂ ਇਦਾਂ ਦੀ ਜਿਹੜੀ ਮਸ਼ੀਨ ਹੈ ਉਹ ਯੂਜ਼ ਕੀਤੀ ਜਾਂਦੀ ਹੈ ਤਾਂ ਨਾ ਤੁਹਾਨੂੰ ਪਤਾ ਹੀ ਹੋਣਾ ਵੀ ਇਹਦਾ ਆਪਸ਼ਨ ਨੰਬਰ ਬੀ ਦਾ ਸਹੀ ਆਨਸਰ ਹੋਊਗਾ ਬਈ ਤੇ ਦੂਜੀ ਗੱਲ ਹੋਰ ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਕਿ ਆਪਾਂ ਹਾਈ ਰੇਂਜ ਕੀ ਹੈ ਤੇ ਲੋ ਰੇਂਜ ਕੀ ਹੈ ਇਨ ਨੂੰ ਆਪਾਂ ਹਾਈ ਰੇਂਜ ਕਹਿੰਦੇ ਆਪਾਂ ਸਿਸਟੋਲ ਤੇ ਲੋਅਰ ਨੂੰ ਕਹਿੰਦੇ ਆ ਡਾਇਸਟੋਲ ਤਾਂ ਵੈਸੇ ਨੋਰਮਲੀ ਕੀ ਹੁੰਦਾ ਹੈਗਾ 80 ਤੋਂ 120 ਜਿਹੜਾ ਆਪਣਾ ਸਹੀ ਟੈਂਪਰੇਚਰ ਹੁੰਦਾ ਹੈਗਾ ਨੈਕਸਟ ਹੈਗਾ ਕਿ ਸਾਹਿਤਿਆ ਅਕੈडमी ਅਵਾਰਡ ਦੇ ਯੰਗੇਸਟ ਰਿਸਿਪੀਐਂਟ ਕੋਣ ਹੈ ਦਿੱਤੇ ਗਏ ਆਪਸ਼ਨ ਦੇ ਵਿੱਚ ਤਾਂ ਜਿਹੜੇ ਯੰਗੇਸਟ ਨੇ ਕਿ ਸਭ ਤੋਂ ਛੋਟੀ ਉਮਰ ਦੇ ਵਿੱਚ ਪ੍ਰਾਪਤ ਕਰਨ ਵਾਲੇ ਤਾਂ ਜਿਹੜੇ ਸਭ ਤੋਂ ਛੋਟੀ ਉਮਰ ਵਿੱਚ ਪ੍ਰਾਪਤ ਕਰਨ ਵਾਲੇ ਨੇ ਉਹ ਹੈ ਸ਼ਿਵ ਕੁਮਾਰ ਬਟਾਲਵੀ ਜੀ ਤੇ ਇਹਨਾਂ ਦਾ ਜਨਮ ਤੁਸੀਂ ਦੇਖ ਰਹੇ ਹੋ ਇਸ ਤਰੀਕ ਨੂੰ ਹੋਇਆ ਸੀਗਾ ਤੇ ਕਿਸ ਬੁੱਕ ਲਈ ਮਿਲਿਆ ਸੀਗਾ ਇਹਨਾਂ ਨੂੰ ਲੂਣਾ ਬੁੱਕ ਦੇ ਲਈ ਮਿਲਿਆ ਸੀਗਾ 1967 ਦੇ ਵਿੱਚ ਉਸ ਤੋਂ ਬਾਅਦ ਹੈ ਇੰਡੀਆ ਦੇ ਵਿੱਚ ਪ੍ਰਾਈਮ ਮਿਨਿਸਟਰ ਬਣਨ ਲਈ ਮਿਨੀਮਮ ਏਜ ਕਿੰਨੀ ਹੈ ਤਾਂ ਮਿਨੀਮਮ ਏਜ ਜਿਹੜੀ ਹੈ ਉਹ ਹੈਗੀ ਹੈ 25 ਕਿਉਂਕਿ ਮੋਸਟ ਪ੍ਰੋਬਬਲੀ ਹੁੰਦਾ ਕਿ ਹੈ ਕਿ ਲੋਕ ਸਭਾ ਤੋਂ ਜਿਹੜਾ ਹੈਗਾ ਆਪਣਾ ਪ੍ਰਾਈਮ ਮਿਨਿਸਟਰ ਬਣ ਕੇ ਆਂਦਾ ਹੈਗਾ ਤੇ ਲੋਕ ਸਭਾ ਦੇ ਮੈਂਬਰ ਬਣਨ ਦੀ ਘੱਟ ਤੋਂ ਘੱਟ ਏ ਜਾਈਗੀ 25 ਸਾਲ ਤੇ ਜੇਕਰ ਮੈਂ ਹੋਰ ਵੀ ਕੁਝ ਚੀਜ਼ ਦੀ ਗੱਲ ਕਰਾਂ ਰਾਜ ਸਭਾ ਦੀ ਰਾਜ ਸਭਾ ਦੀ ਹੁੰਦੀ ਹੈ 30 ਤੇ ਕੁਝ ਹੋਰ ਪੋਸਟ ਦੀ ਗੱਲ ਕਰਾਂ ਤਾਂ ਮੈਂ ਜੇਕਰ ਜਿਵੇਂ ਪ੍ਰੈਜ਼ੀਡੈਂਟ ਹੋ ਗਿਆ گورنر ਹੋ ਗਿਆ ਜਾਂ ਫਿਰ ਵਾਈਸ ਪ੍ਰੈਜ਼ੀਡੈਂਟ ਹੋ ਗਿਆ ਇਹਨਾਂ ਲਈ ਘੱਟੋ-ਘੱਟ ਉਮਰ ਹੋਣੀ ਚਾਹੀਦੀ ਹੈ 35 ਸਾਲ ਇਹਨਾਂ ਦੀ ਲੋਅਰ ਲਿਮਿਟ ਤਾਂ ਦਿੱਤੀ ਹੋਈ ਹੈ ਕਿ ਘੱਟੋ-ਘੱਟ ਕਿੰਨੀ ਹੋਣੀ ਚਾਹੀਦੀ ਹੈ ਹੋ ਸਕਦੀ ਹੈ ਮੈਕਸਿਮਮ ਦੇ ਬਾਰੇ ਕੋਈ ਰਿਟਰਨ ਨਹੀਂ ਹੈਗਾ ਕਿ ਕਿੰਨੀ ਮੈਕਸਿਮਮ ਹੋਣੀ ਚਾਹੀਦੀ ਹੈ ਮਤਲਬ ਕਿ ਇਸ ਤੋਂ ਬਾਅਦ ਨਹੀਂ ਬਣਾਂਗੇ ਐਦਾਂ ਦਾ ਕੁਝ ਮੈਂਸ਼ਨ ਨਹੀਂ ਕੀਤਾ ਹੋਇਆ ਸਾਡੇ ਸੰਵਿਧਾਨ ਦੇ ਵਿੱਚ ਨੈਕਸਟ ਹੈ ਦ ਕਾਉਂਸਲ ਆਫ ਮਿਨਿਸਟਰ ਹੈਸ ਟੂ ਰਿਜ਼ਾਈਨ ਇਵਨ ਨੋ ਕਨਫੀਡੈਂਸ ਮੋਸ਼ਨ ਇਜ਼ ਪਾਸਡ ਬਾਈ ਮੈਜੋਰਿਟੀ ਆਫ ਮੈਂਬਰਸ ਤੁਰੇਖਣਾ ਵੀ ਅਵਿਸ਼ਵਾਸ ਪੱਤਰ ਕਹਿੰਦੇ ਨੇ ਇਹਨੂੰ ਵੀ ਜੇਕਰ ਪਾਸ ਹੋ ਜਾਵੇ ਤਾਂ ਸਰਕਾਰ ਡਿੱਗ ਪੈਂਦੀ ਹੈ ਬਟ ਉਹ ਕਿਦੇ ਵਿੱਚ ਇੰਟਰੋਡਿਊਸ ਕੀ ਹੁੰਦਾ ਕਿ ਲੋਕ ਸਭਾ ਦੇ ਵਿੱਚ ਲਿਆ ਜਾਂਦਾ ਹੈ ਰਾਜ ਸਭਾ ਦੇ ਵਿੱਚ ਦੋਨੋਂ ਹਾਊਸ ਦੇ ਵਿੱਚ ਸੈਪਰੇਟਲੀ ਲਿਆ ਜਾਂਦਾ ਹੈ ਜਾਂ ਫਿਰ ਜੁਆਇੰਟ ਸੀਟਿੰਗ ਬਿਠਾ ਕੇ ਲਿਆ ਜਾਂਦਾ ਹੈਗਾ ਤਾਂ ਵੀ ਜਿਹੜੀ ਸਰਕਾਰ ਹੈ ਉਹ ਬਣਦੀ ਹੈ ਲੋਕ ਸਭਾ ਦੇ ਵਿੱਚ ਤੇ ਜੇ ਸਰਕਾਰ ਨੂੰ ਡੇਗਣਾ ਹੈ ਤਾਂ ਸਿੱਧਾ ਜਿਹਾ ਮਤਲਬ ਹੈ ਕਿ ਵਿਸ਼ਵਾਸ ਜਿਹੜਾ ਨਾ ਅਵਿਸ਼ਵਾਸ ਪੱਤਰ ਹੈ ਉਹ ਵੀ ਲੋਕ ਸਭਾ ਦੇ ਵਿੱਚ ਪਾਸ ਹੋਣਾ ਜ਼ਰੂਰੀ ਹੈਗਾ ਤੇ ਮਿਨਿਮਮ 50 ਮੈਂਬਰ ਦੇ ਸਾਈਨ ਦੇ ਨਾਲ ਇਹ ਕੰਮ ਸ਼ੁਰੂ ਹੋ ਜਾਂਦਾ ਹੈਗਾ ਤੇ ਇੱਕ ਐਗਜ਼ਾਮਪਲ ਮੈਂ ਦੇਣਾ ਚਾਹਾਂਗਾ ਆਈ ਥਿੰਕ ਗੱਲ ਹੈਗੀ 2019 ਦੀ ਗੱਲ ਹੈ ਉਸ ਟਾਈਮ ਤੇ ਮੋਦੀ ਸਰਕਾਰ ਦੇ ਅਗੇਂਸਟ ਨੋ ਕੰਫੀਡੈਂਸ ਮੋਸ਼ਨ ਲਿਆਇਆ ਗਿਆ ਸੀਗਾ ਹਾਲਾਂਕਿ ਉਹ ਪਾਸ ਨਹੀਂ ਹੋ ਪਾਇਆ ਸੀਗਾ ਲੇਕਿਨ ਆ ਨੋ ਕੰਫੀਡੈਂਸ ਮੋਸ਼ਨ ਜਿਹੜਾ 2019 ਦੇ ਵਿੱਚ ਹੀ ਆਇਆ ਸੀਗਾ ਤੇ ਆ ਸਿਰਫ ਲੋਕ ਸਭਾ ਦੇ ਵਿੱਚ ਹੀ ਇੰਟਰੋਡਿਊਸ ਕੀਤਾ ਜਾ ਸਕਦਾ ਹੈ ਤੇ ਅਗਲਾ ਕੁਐਸਚਨ ਉਹ ਹੀ ਪੁੱਛ ਲਿਆ ਕਿ ਨੋ ਕੰਫੀਡੈਂਸ ਮੋਸ਼ਨ ਨੂੰ ਲਿਆਉਣ ਲਈ ਕਿੰਨੇ ਮੈਂਬਰਾਂ ਦੇ ਸਾਈਨ ਹੋਣੇ ਜ਼ਰੂਰੀ ਨੇ ਤਾਂ ਉਹ ਨੇ 50 50 ਮੈਂਬਰ ਦੇ ਸਾਈਨ ਹੁੰਦੇ ਹੀ ਪੇਸ਼ਤਾ ਹੋ ਜਾਏਗਾ ਪਾਸ ਹੋਏਗਾ ਨਾ ਹੋਏਗਾ ਉਹ ਅਟਕ ਲੱਗੀ ਹੈ ਲੇਕਿਨ ਲੋਕ ਸਭਾ ਦੇ ਵਿੱਚ ਇਹਦੇ ਲਈ ਫਿਰ VOTING ਹੋਏਗੀ ਤੇ ਦੂਜੀ ਗੱਲ ਆ ਹੈਗੀ ਕਿ ਆ ਵੀ ਜਿਹੜੀ ਚੀਜ਼ ਸੀਗੀ ਨੋ ਕੰਫੀਡੈਂਸ ਮੋਸ਼ਨ ਵੀ ਜਿਹੜੀ ਆਪਾਂ ਪ੍ਰੈਕਟਿਸ ਤਾਂ ਕਰ ਰਹੇ ਆ ਆਪਣੀ ਸੰਸਦ ਲੇਕਿਨ ਕਨਸਟੀਟਿਊਸ਼ਨ ਦੇ ਵਿੱਚ ਆ ਵੀ ਚੀਜ਼ ਮੈਂਸ਼ਨ ਨਹੀਂ ਕੀਤੀ ਗਈ ਸੀ ਇਹਨੂੰ ਬਾਅਦ ਚ ਮੈਂਸ਼ਨ ਕਿਹਦੇ ਵਿੱਚ ਕੀਤਾ ਗਿਆ ਸੀਗਾ ਰੂਲ ਆਫ ਪ੍ਰੋਸੀਜਰ ਐਂਡ ਕੰਡਕਟ ਆਫ ਬਿਜ਼ਨਸ ਆਫ ਲੋਕ ਸਭਾ ਉਹ ਤੋਂ ਬਾਅਦ ਹੈ ਕਿ ਆਪਣੇ ਇੰਡੀਆ ਦੇ ਕਿਹੜੇ ਪ੍ਰਧਾਨ ਮੰਤਰੀ ਸੀਗੇ ਜਿਨ੍ਹਾਂ ਦੀ ਮੌਤ ਜਿਹੜੀ ਹੈ ਆਫਿਸ ਦੇ ਵਿੱਚ ਹੋਈ ਆਫਿਸ ਦੇ ਵਿੱਚ ਦਾ ਮਤਲਬ ਹੈ ਕਿ ਉਹਨਾਂ ਦੀ ਮੌਤ ਉਦੋਂ ਹੋਈ ਜਦੋਂ ਉਹ ਪ੍ਰਾਈਮ ਮਿਨਿਸਟਰ ਸੀਗੇ ਅਹੁਦੇ ਤੇ ਸੀਗੇ ਤੇ ਇੰਡੀਆ ਦੇ ਬਾਹਰ ਹੋਈ ਹੈ ਇੰਡੀਆ ਦੇ ਵਿੱਚ ਨਹੀਂ ਹੋਈ ਹੈਗੀ ਕਾਫੀ ਈਜ਼ੀ ਕੁਐਸਚਨ ਹੈਗਾ ਲੇਕਿਨ ਫਿਰ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਆਨਸਰ ਹੈਗਾ ਲਾਲ ਬਹਾਦਰ ਸ਼ਾਸਤਰੀ ਜੀ ਆਪਣੇ ਸੈਕੰਡ ਪ੍ਰਾਈਮ ਮਿਨਿਸਟਰ ਸੀਗੇ ਤੇ ਇਹਨਾਂ ਦਾ ਆਫਿਸ ਰਿਆ ਸੀਗਾ ਜੂਨ 1964 ਤੋਂ ਲੈ ਕੇ 66 ਦੇ ਵਿੱਚ ਕਿਉਂਕਿ ਇਹਨਾਂ ਦੀ ਤਾਸ਼ਕਨ ਦੇ ਵਿੱਚ ਜਿਹੜੀ ਸੀਗੀ ਮੌਤ ਹੋਈ ਸੀਗੀ ਉਸ ਟਾਈਮ ਤੇ ਇੰਡੀਆ ਤੇ ਪਾਕਿਸਤਾਨ ਦਾ ਪੀਸ ਐਗਰੀਮੈਂਟ ਸਾਈਨ ਹੋਣ ਜਾ ਰਿਹਾ ਸੀਗਾ ਤੇ ਤੁਸੀਂ ਸ਼ਾਇਦ ਇਹਦੇ ਉੱਪਰ ਮੂਵੀ ਦੇਖੀ ਹੋਣੀ ਕੁਝ ਤਾਸ਼ਕਨ ਦਾ ਫਾਈਲ ਕਰਕੇ ਮੂਵੀ ਵੀ ਆਈ ਸੀਗੀ ਤਾਂ ਇਸ ਬਾਰੇ ਦੱਸਿਆ ਸੀਗਾ ਵੀ ਉਹਨਾਂ ਦੀ ਜਿਹੜੀ ਮੌਤ ਸੀਗੀ ਰਹਿਸਮਈ ਹੋਈ ਸੀਗੀ ਕਿ ਜਾਂ ਸੱਚ ਇਹਨਾਂ ਨੂੰ ਦੋਰਾ ਪਿਆ ਸੀਗਾ ਜਾਂ ਮਰਵਾਇਆ ਗਿਆ ਸੀਗਾ ਇਹਨਾਂ ਨੂੰ ਤਾਂ ਹਾਰਟ ਅਟੈਕ ਆਇਆ ਸੀ ਤਾਂ ਅਨਸਰ ਹੈਗਾ ਇਹਨਾਂ ਦਾ অপਸ਼ਨ ਨੰਬਰ ਸੀ ਉਸ ਤੋਂ ਬਾਅਦ ਹੈਗਾ ਇਹਨਾਂ ਵਿੱਚੋਂ ਕਿਹੜੀ એનર્ਜੀ ਹੈ ਜੋ ਕੋਈ ਵੀ ਪੋਲੂਸ਼ਨ ਨਹੀਂ ਕਰਦੀ ਹੈਗੀ ਤਾਂ ਤੁਹਾਡੇ ਸਾਹਮਣੇ ਇੱਕ ਸਿੰਪਲ ਜਿਹਾ ਐਗਜ਼ਾਮਪਲ ਹੈਗਾ ਉਹ ਹੈਗਾ ਸੋਲਰ એનર્ਜੀ ਇਸੇ ਦੇ ਦੌਰਾਨ ਜਿਹੜੇ ਹੈ ਕੇਈ ਵੀ ਕੋਈ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਐਟਮੋਸਫੇਰਿਕ ਪੋਲੂਸ਼ਨ ਨਹੀਂ ਹੁੰਦਾ ਹੈਗਾ ਕਿਉਂਕਿ ਆਪਾਂ ਕਰਦੇ ਕੀ ਹਾਂ ਸੋਲਰ એનર્ਜੀ ਤੋਂ ਨੂੰ ਇਲੈਕਟ੍ਰਿਕ એનર્ਜੀ ਵਿੱਚ ਕਨਵਰਟ ਕਰ ਦਿੰਦੇ ਆ ਉਹ ਤੋਂ ਬਾਅਦ ਹੈ ਕਿ ਸਵਰਾਜ ਪਾਰਟੀ ਜਿਹੜੀ ਬਣੀ ਸੀ ਉਹ ਕਿਸ ਚੀਜ਼ ਦੇ ਫੇਲਿਅਰ ਤੋਂ ਬਾਅਦ ਬਣੀ ਸੀਗੀ ਯਾਨੀ ਕਿ ਆਸਫਲ ਹੋ ਗਿਆ ਸੀਗਾ ਕਿਉਂਕਿ ਤੁਹਾਨੂੰ ਮੈਂ ਕੱਲ ਡਿਸਕਸ ਕੀਤਾ ਸੀਗਾ ਕਿ ਚੋਰਾ ਚੋਰੀ ਦੇ ਕਾਂਡ ਤੋਂ ਮਗਰ ਮਹਾਤਮਾ ਗਾਂਧੀ ਨੇ ਜਿਹੜਾ ਨਾਨ ਕੋਆਪਰੇਸ਼ਨ ਮੂਵਮੈਂਟ ਸੀ ਉਹ ਵਾਪਸ ਲੈ ਲਿਆ ਸੀਗਾ ਤਾਂ ਇਸੇ ਗੱਲ ਤੋਂ ਨਾਰਾਜ਼ ਹੋ ਕੇ ਕਿ ਕਿਉਂਕਿ ਇਸ ਟਾਈਮ ਜਿਹੜਾ ਮੂਵਮੈਂਟ ਸੀਗੀ ਕਾਫੀ ਜ਼ਿਆਦਾ ਸਕਸੈਸਫੁਲ ਚੱਲ ਰਹੀ ਸੀਗੀ despight of this ਉਹਨੇ ਕੀ ਕੀਤਾ ਸੀਗਾ सस्पेंड ਕਰਤਾ ਸੀਗਾ ਵਾਪਸ ਲੈ ਲੈ ਸੀਗਾ ਕਿਉਂਕਿ ਉਹ ਕਟਨਾ ਹੋ ਗਈ ਸੀ ਤੇ ਗਾਂਧੀ ਜੀ ਜਿਹੜੇ ਸੀ ਵੀ ਅਹਿੰਸਾ ਦੇ ਪੁਜਾਰੀ ਸੀਗੇ ਉਹ ਇਹ ਚੀਜ਼ਾਂ ਤੇ ਬਿਲੀਵ ਨਹੀਂ ਕਰਦੇ ਸੀਗੇ ਇਸ ਚੱਕਰ ਦੇ ਵਿੱਚ ਉਹਨੇ ਵਾਪਸ ਲਿੱਤਾ ਤਾਂ ਮੋਤੀ لال ਨਹਿਰੂ ਨੇ ਤੇ ਚਿਤਰਨਜਨ ਦਾਸ ਨੇ ਦੋਨਿਆਂ ਨੇ ਮਿਲ ਕੇ ਇੱਕ ਨਵੀਂ ਪਾਰਟੀ ਬਣਾਈ ਜਿਹਦਾ ਨਾਮ ਸੀਗਾ ਸਵਰਾਜ ਪਾਰਟੀ ਕਿਉਂਕਿ ਉਸ ਟਾਈਮ ਕਾਂਗਰਸ ਵੀ ਦੋ ਕੂਟਾਂ 'ਚ ਡਿਵਾਈਡ ਹੋ ਗਈ ਸੀ ਪ੍ਰੋ ਚੇਂਜਰ ਤੇ ਨੋ ਚੇਂਜਰ ਦੇ ਵਿੱਚ ਉਸ ਤੋਂ ਬਾਅਦ ਹੈ ਕਿ ਇਹਨਾਂ ਦਿੱਤੇ 옵ਸ਼ਨ ਵਿੱਚ ਆਪਾਂ ਦੇਸ਼ ਬੰਦੂ ਕਿਹਨੂੰ ਕਿਹਾ ਜਾਂਦਾ ਹੈਗਾ ਐਕਚੁਅਲੀ ਇਹਦੇ ਵਿੱਚ ਨਾ ਦੋ ਕੁਸ਼ਚਨ ਆਉਂਦੇ ਨੇ ਇੱਕ ਤਾਂ ਆਉਂਦਾ ਹੈਗਾ ਦੇਸ਼ਬੰਦੂ ਕੀ ਨੂੰ ਕਹਿੰਦੇ ਨੇ ਇੱਕ ਆਉਂਦਾ ਹੈਗਾ ਦੀਨਬੰਦੂ ਕੀ ਨੂੰ ਕਹਿੰਦੇ ਨੇ ਤਾਂ ਦੀਨਬੰਦੂ ਦੇ ਵੀ ਤੇ ਆਪਾਂ ਦੋਨੋਂ ਨੂੰ ਡਿਫਰੈਂਸ ਦੱਸਾਂਗੇ ਵੀ ਪਹਿਲਾਂ ਗੱਲ ਕਰਾਂਗੇ ਆਪਾਂ ਦੇਸ਼ਬੰਦੂ ਦੀ ਤਾਂ ਕਹੇ ਜਾਂਦਾ ਹੈਗਾ ਚਿਤ੍ਰੰਜਨ ਦਾਸ ਜੀ ਨੂੰ ਤਾਂ ਆਨਸਰ ਕੀ ਹੋ ਗਿਆ ਆਪਣਾ অপਸ਼ਨ ਨੰਬਰ ਬੀ ਜੇਕਰ ਮੈਂ ਦੀਨਬੰਦੂ ਦੀ ਗੱਲ ਕਰਾਂ ਉਹ ਹੈਗਾ ਸੀ ਐਫ ਐਂਡਰਸ ਤੇ ਤੁਹਾਨੂੰ ਕਨਫਿਊਜ਼ ਕਰਨ ਲਈ ਨਾ ਭਾਈ ਸੀ ਐਫ ਐਂਡਰਸ ਵੀ ਤਾਂ ਜਾਊਗਾ অপਸ਼ਨ ਦੇ ਵਿੱਚ ਚਿਤ੍ਰੰਜਨ ਦਾਸ ਵੀ ਤਾਂ ਜਾਊਗਾ ਹੁਣ ਇਸ ਚੀਜ਼ ਦਾ ਆਪਾਂ ਧਿਆਨ ਰੱਖਣੇ ਕਿ ਦੇਸ਼ਬੰਦੂ ਕੌਣ ਹੈ ਤੇ ਦੀਨਬੰ ਇਹਨੂੰ ਯਾਦ ਕਰਨ ਦੀ ਟ੍ਰਿਕ ਵੀ ਕਾਫੀ ਈਜ਼ੀ ਹੈ ਕਿ ਜਿੱਥੇ ਗਪ ਆ ਦੇਸ਼ ਬੰਦੂ ਦੀ ਗੱਲ ਕਰਾਂਗੇ ਯਾਨੀ ਕਿ ਦੇਸ਼ ਦਾ ਬ੍ਰਦਰ ਤਾਂ ਇੱਕ ਅੰਗਰੇਜ਼ ਹੈ ਉਹ ਸੀ ਐਫ ਐਂਡਰੂਸ ਵੀ ਉਹ ਦੇਸ਼ ਦਾ ਬ੍ਰਦਰ ਤਾਂ ਨਹੀਂ ਹੋ ਸਕਦਾ ਹੈਗਾ ਹਾਂ ਦੀਨ ਬੰਦੂ ਦੈਟ ਮੀਨਸ ਦੀ ਕਿ ਉਹ ਗਰੀਬਾਂ ਦੀ ਹੈਲਪ ਕਰਦਾ ਸੀਗਾ ਤਾਂ ਗਰੀਬਾਂ ਦੀ ਹੈਲਪ ਤਾਂ ਕੋਈ ਵੀ ਕਰ ਸਕਦਾ ਤਾਂ ਅੰਗਰੇਜ਼ ਵੀ ਕਰ ਸਕਦਾ ਤਾਂ ਇਸ ਕਰਕੇ ਇਹਨੂੰ ਦੀਨ ਬੰਦੂ ਕਿਹਾ ਦਿੱਤਾ ਗਿਆ ਉਹ ਤੋਂ ਬਾਅਦ ਹੈ ਕਿ ਜਿਹੜੀ ਆਪਣੀ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਸੀਗੀ ਜਿਹੜੀ 1919 ਦੇ ਵਿੱਚ ਬਣ ਗਈ ਸੀਗੀ ਉਹਦੇ ਫਰਸਟ ਇੰਡੀਅਨ ਸਪੀਕਰ ਕੌਣ ਸੀਗੇ ਤਾਂ ਜਿਹੜੇ ਉਹਨਾਂ ਦੇ ਫਰਸਟ ਸਪੀਕਰ ਸੀਗੇ ਇੰਡੀਅਨ ਉਹ ਸੀਗੇ ਵਿਠਲ ਜੇ ਪਟੇਲ ਜੋ ਕਿ ਵੱਲਭਾਈ ਪਟੇਲ ਦੇ ਬ੍ਰਦਰ ਸੀਗੇ ਤੇ ਆਨਸਰ ਹੈ ਇਹਦਾ অপਸ਼ਨ ਨੰਬਰ ਬੀ ਤੇ ਆਹੀ ਸੈਂਟਰਲ ਅਸੈਂਬਲੀ ਵੀ ਜਦੋਂ ਇਹਦੇ ਸਥਾਪਿਤ ਹੋਇਆ ਲੋਕ ਸਭਾ ਦੇ ਵਿੱਚ ਜਿਹੜੀ ਹੈ ਕਨਵਰਟ ਹੋ ਗਈ ਸੀਗੀ ਤੇ ਆ ਵੀ ਕੋ ਫਾਊਂਡਰ ਸੀਗੇ ਵੀ ਸੁਵਰਾਜ پارٹی ਦੇ ਉਸ ਤੋਂ ਬਾਅਦ ਆਏਗਾ ਕਿ ਇਹਨਾਂ ਵਿੱਚੋਂ ਕਿਹੜੀ ਮੂਵੀ ਹੈ ਜਿਹੜੀ ਇੰਡੀਆ ਦੀ ਤਰਫੋਂ ਆਫੀਸ਼ੀਅਲ ਐਂਟਰੀ ਹੈਗੀ ਆ ਓਸਕਰ ਅਵਾਰਡ ਲਈ ਜਿਹੜੇ 2020 ਲਈ ਨੇ ਕਿ ਉਹ ਗਲੀ ਬੋਏ ਹੈ ਜਲੀ ਕਟੂ ਹੈ ਸਲਮ ਡੌਗ ਮਿਲੀਅਨਰ ਜਾਂ ਫਿਰ ਇੰਗਲਿਸ਼ ਮੀਡੀਅਮ ਤਾਂ ਆ ਮੂਵੀ ਹੈਗੀ ਹੈ ਬਈ ਜੱਲੀ ਕਟੋ ਤਾਂ ਆਨਸਰ ਹੋ ਗਿਆ ਇਹਦਾ অপਸ਼ਨ ਨੰਬਰ ਬੀ ਆਈ ਥਿੰਕ ਇੱਥੇ ਮੈਂ ਬਾਈ ਮਿਸਟੇਕ ਡੀ ਕਰਤਾ ਹੈਗਾ ਨਾ ਸਹੀ ਆਨਸਰ ਨਾ অপਸ਼ਨ ਬੀ ਹੀ ਆਊਗਾ ਮੈਂ ਪੀਡੀਐਫ ਦੇ ਵਿੱਚ ਨਾ ਇਹਨੂੰ ਠੀਕ ਕਰ ਦਵਾਂਗਾ ਭ ਵੀ ਆਸੀ ਗੱਜਦਾ ਆਪਣਾ ਸੈਸ਼ਨ ਜੇ ਸੈਸ਼ਨ ਵਧੀਆ ਲੱਗੇ ਤਾਂ ਲਾਈਕ ਜਰੂਰ ਕਰੋ ਵੀ ਤੁਹਾਡੇ ਨੰਬਰ ਫਲੈਗਸ ਬਹੁਤ ਘਟ ਆਉਂਦੇ ਨੇ ਤੇ ਅੱਗੇ ਵੀ ਸ਼ੇਅਰ ਕਰੋ ਜਿਹੜੇ ਹੋਰ ਬੱਚੇ ਤਿਆਰੀ ਕਰ ਰਹੇ ਨੇ ਤਾਂ ਕਿ ਜਿਆਦਾ ਜਿਆਦਾ ਬੱਚੇ ਆਪਣੇ ਇਸ ਤਿਆਰੀ ਦੇ ਨਾਲ ਜੁੜ ਪਾ ਚਲੋ ਥੈਂਕਸ ਫॉर ਵਾਚਿੰਗ ਵੀ ਜਲਦੀ ਮਿਲਾਂਗੇ ਨਈ ਵੀਡੀਓ ਦੇ ਨਾਲ